सहजो जल मिल कमल सवारे, लोभ लहर सब स्वान हलक है, हलक्यो सब है विगारे। मेरे ठाकुर के दीवान खबर होई, गुरु ज्ञान खड़ग लै मारे। हाँ जी दोस्तों, सत श्री अकाल जी। उम्मीद करते हैं कि तुम सारे ठीक ठाक होवोगे तो बहुत ही ज्यादा वधिया होवोगे। आपां तुहाडा वेलकम करते हैं जी अपने अगले ब्लॉग च। हाँ जी दोस्तों, आपां जी अपनी ड्यूटी लोकेशन ते बैठे हैं CTO दी वर्कशाप डिपो नंबर 4 च। नाल अपने हिमांशु भाई ते मुंडा सब बेचारा सवेर दा सेवा कराउण लग्या होया था, तां हुण इहदा टाइम लग्गिया। हुण आ के थोड़ी रेस्ट कर रहे हां असीं। है ठंडे जिहे मौसम च, मतलब कम करके सानू गर्मी आ गई सी, थक गए असीं। ऐ फील कर रहे हां जिवें गर्मी दे दिन हुंदे आ। ते चलो जी, थोनू हुण प्रोग्राम बारे थोड़ा जिहा चानण पा दईए। ਤੇ ਜਿਵੇਂ ਕਿ ਆਪਣੇ ਵਰਕਸ਼ਾਪ ਚ ਚਾਰੇ ਡਿਪੋ ਚ ਹੁੰਦਾ, ਹਰੇਕ ਸਾਲ ਪ੍ਰੋਗਰਾਮ ਕਰਾਉਂਦੇ ਆ ਸਾਲਾਨਾ ਸਮਾਗਮ। ਤੇ ਅੱਜ ਵੀ ਆਪਣੇ ਡਿਪੋ ਨੰਬਰ 4 ਚ ਹੋ ਰਿਹਾ। ਤੇ ਕੱਲ ਤੋਂ ਮਹਾਰਾਜ ਦਾ ਅਖੰਡ ਪਾਠ ਆਰੰਭ ਹੋਏ ਨੇ, ਤੇ ਅੱਜ ਦੂਜਾ ਦਿਨ ਆ। ਤੇ ਕੱਲ ਨੂੰ ਜੀ ਤੀਜਾ ਦਿਨ, ਕੱਲ ਨੂੰ ਆ ਸਮਾਪਤੀ। ਤੇ ਕੱਲ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਤੇ ਉਸ ਤੋਂ ਉਪਰੰਤ ਲੰਗਰ ਚੱਲੂਗਾ ਜੀ। ਤੇ ਬਾਕੀ ਤੁਹਾਨੂੰ ਮੈਂ ਦਿਖਾਤਾ ਇੱਧਰ ਦਾ ਹਿਸਾਬ ਕਿਤਾਬ, ਤੇ ਹੁਣ ਤੁਹਾਨੂੰ ਬੈਕ ਕੈਮਰੇ ਨਾਲ ਬੱਸ ਸਟੈਂਡ ਚ ਚਲਾਇਆ ਵਾ ਲੰਗਰ, ਕਿਉਂਕਿ ਆਉਣ ਜਾਣ ਵਾਲੇ ਕਈ ਯਾਤਰੀ ਵੀ ਸ਼ਕਲ ਨੇ ਅੰਦਰ। ਅਗਲਾ ਕਈ ਵਾਰ ਵੜਦਾ ਨਹੀਂ ਹੈਗਾ, ਡਰਦਾ, ਤੇ ਇਸ ਕਰਕੇ ਬਾਹਰੇ ਲੰਗਰ ਚਲਾਇਆ ਵਾ। ਤੇ ਹਾਂਜੀ ਦੋਸਤੋ, ਆ ਜਾਓ ਹੁਣ ਆਪਾਂ ਥੋੜੀ ਸੇਵਾ ਕਰਾ ਲਈਏ ਜੀ, ਉਸ ਤੋਂ ਬਾਅਦ ਮਿਲਦੇ ਜੀ ਆਪਾਂ ਤੁਹਾਨੂੰ, ਤੇ ਨਾਲ ਸੇਵਾ ਕਰਾਉਣ ਵਾਲੇ ਸੇਵਾਦਾਰ ਵੀ ਦਿਖਾ ਦਈਏ। ਆ ਜਾਓ ਜੀ ਫਿਰ। ਹਾਂ ਤੂੰ ਕੀ ਕਰ ਰਿਹਾ? सेवा आई मिलेगा मेरा। कैसे हो, क्या कर रहे हो आज आप? माड़ा ही है चाल।
ਹਲਤੀ ਕਿਵੇਂ ਆ? ਹੈਲੋ ਹਾਓ ਜੀ, ਕਿਆ ਪ੍ਰੋਗਰੈਸ ਚੱਲ ਰਿਹਾ ਦੱਸੋਗੇ ਕੋ ਚੰਨ ਪਾਉਂਗਾ? ਅੰਦਰੋਂ ਦਿਖਾਓ ਉਹ ਪ੍ਰਾਤ ਭਰੀ ਪਈ ਹੈ ਤੇ ਗਾਜਰੇ ਵੱਡ ਵੱਡ ਕੇ ਹੱਥ ਲਾਲ ਹੋ ਗਏ ਮਤਲਬ ਸੇਵਾ ਹੈ ਪਰ ਮੇਵਾ ਹਲੇ ਮਿਲਣਾ ਨਾਲ ਮਿਲ ਰਿਹਾ ਕਿਸ਼ਤਾਂ ਦੀ ਆਸ ਕੋਈ ਨੀ ਮੇਵਾ ਤਾਂ ਕਮਾਉਣਾ ਪੈਣਾ ਓਕੇ ਓਕੇ ਮਤਲਬ ਆਪਾਂ ਆਪਣਾ ਕੰਮ ਕਰ ਰਹੇ ਹਾਂ ਸੇਵਾ ਵਾਲਾ ਹੋਲਾ ਟੀ ਸੈਟ ਵਧੀਆ ਜੀ ਚੱਲ ਰਿਹਾ ਜੀ ਕੰਮ ਪ੍ਰਸ਼ਾਦਾ ਛਕ ਲਿਆ ਜੀ ਛਕਾ ਵੀ ਦਿੱਤਾ ਡਿਊਟੀ ਕਰ ਲਈ ਸਾਰੇ ਕੰਮ ਓਕੇ ਆ ਮਹਾਰਾਜ ਜੀ ਕਰਕੇ चाह पिएगा भाई बहत्तर नंबर देखना पैना जी क्या हाल है भी ना कैसे हो वीडियो बन रहा है टी टाइम तीन बजे आली चाह अंग्रेज मरने आप फीलिंग पूरी ले कैमरा पर डीएसएलआर सब नू ले लुके जिन्ना मर्जी लंघ जा सब फड़े जाने मुड़ जा हूं ट्राला थोड़ो इना बधा के मुड़दा ਤੁਸੀਂ ਸੇਵਾ ਸੋਹਣੀ ਨਿਭਾਈ ਹੈ ਲਾਡੀ ਦੋ ਕੇਤਲੀਆਂ ਮੈਂ ਕਹਿੰਦੇ 4x4 ਬਣ ਗਿਆ ਮੈਂ ਕਹਿੰਦੇ 4x4 ਕਿਵੇਂ ਦੁਬਾਰਾ ਦੱਸ ਨਾ ਵੀਰੇ ਛੱਡ ਦੱਸ ਦੁਬਾਰਾ ਕਿਆ ਕਹਿੰਦਾ ਕੁਛ ਨੀ ਕਹਿੰਦਾ ਕਹਿੰਦਾ ਤਾ ਜਸੀ ਬਾਈ ਕਿਆ ਕਹਿੰਦਾ ਦੱਸ ਮਾੜਾ ਜਾ ਕੋਈ ਨੀ ਕੈਮਰਾ ਦੱਸ ਪਹਿਲਾ ਬੰਦਾ ਜਿਹਨੇ ਤੇਰੀ ਸਾਈਡ ਲਈ ਆ ਤੂੰ ਤਾਂ ਪੈਰ ਧੋ ਪੀ ਬੰਦੇ ਦੇ ਨਹੀਂ ਤੇਰੀ ਕੋਈ ਗਰੰਟੀ ਨਾ ਚੱਕੇ ਨਹੀਂ ਨਹੀਂ ਯਾਰ ਜੰਗਲ ਘਰ ਆ ਜਾ ਕੌਣ ਸਿੰਬਾ ਸ਼ੇਰ ਆ ਸ਼ੇਰ ਸ਼ੇਰ ਆ ਮੁੰਡੇ ਦਾ ਨਾਮ ਸ਼ੇਰ ਦਾ ਟਾਈਗਰ ਔਰ ਇਹ ਕੀ ਤਾਂ ਸਿੰਬਾ ਜਿੰਦਾ ਹੈ ਟਾਈਗਰ ਸਾਰੀ ਰਾਤ ਚੱਲੇ ਆ ਬਾਈ ਗੱਲ ਫਿਰ ਹਾਂ ਸਾਰੀ ਰਾਤ ਦਾ ਹੀ ਚੱਲਦਾ ਪ੍ਰੋਗਰਾਮ ਸਾਰੀ ਰਾਤ ਚੱਲਦਾ ਲੰਗਰ ਇੰਨੇ ਲਖਾਂਡ ਪਾਸ ਚੱਲਦੇ ਹੁੰਦਾ ਵੀਰੇ ਘਰ ਵੀ ਕਰਾਂਗੇ ਘਰ ਵੀ ਏਦਾਂ ਹੀ ਹੁੰਦਾ ਲੰਗਰ ਕਹਿੰਦਾ ਮੈਂ ਇਹਨਾਂ ਨਾਲ ਚੱਲਦਾ ਹੁੰਦਾ ਹੈਲੋ ਕਿਵੇਂ ਲੱਡੋ ਵਧੀਆ ਵੀਰੇ ਤੁਸੀਂ ਦੱਸੋ ਅੱਜ ਸੋਹਣਾ ਲੱਗਦਾ ਕੈਮਰੇ ਦਾ ਕਮਾਲ ਆ ਇੰਨੇ ਸੁਰੱਖੇ ਰਹੀ ਹੈਗੇ ਆਪਾਂ ਜਿੰਨਾ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਜਿਆਦਾ ਹੀ ਮੱਛਾਂ ਨੂੰ ਬਟੇ ਦੇਣ ਲੱਗ ਗਿਆ ਥੋੜੀਆਂ ਹੀ ਹੋਰ ਕਹਿੰਦਾ ਕਹਿੰਦਾ ਤੂੰ ਤਰੀਫ ਕਰੀ ਜਾਂਦਾ ਵੀ ਸ਼ਾਇਦ ਵਧੀਆ ਆਉਣ ਲੱਗ ਗਈ ਮੈਂ ਕਿਹਾ ਕੈਮਰੇ ਦਾ ਹੀ ਕਮਾਲ ਆ ਬਿਊਟੀ ਪਲੱਸ ਦਾ ਆਪਾਂ ਨੀ ਇੰਨੇ ਸੋਹਣੇ ਹੈਗੇ ਚਿੰਗਮ ਲੈ ਕੇ ਆਣੀ ਚੱਲੇ ਬੰਦ ਕਰਦੇ ਵੀਰੇ ਕਿਵੇਂ ਲੱਗੇ ਬਿਗ ਬਾਬੂ ਲੈ ਕੇ ਆਉਣੀ ਕਿਹੜਾ ਕੇ ਬਣਾਉਣੇ ਆ ਬੰਦ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਜੀ ਘਰੇ ਅਤੇ ਅੱਜ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅਤੇ ਹੁਣ ਆਪਾਂ ਥੋੜ੍ਹੀ ਰੈਸਟ ਅਤੇ ਹੁਣ ਆਪਾਂ ਥੋੜ੍ਹੀ ਰੈਸਟ ਕਰੀਏ ਜੀ ਉਸ ਤੋਂ ਬਾਅਦ ਸ਼ਾਮ ਨੂੰ ਹੈ ਜੀ ਰਮਨ ਦੇ ਬ੍ਰਦਰ ਦੀ ਮੈਰਿਜ ਸੀ ਅਤੇ ਉਹਨਾਂ ਦੀ ਅੱਜ ਰਾਤ ਨੂੰ ਪਾਰਟੀ ਅਤੇ ਆਪਾਂ ਉੱਥੇ ਜਾਣਾ ਅਤੇ ਉਨ੍ਹਾਂ ਟਾਈਮ ਆਪਾਂ ਘੰਟਾ ਡੇਢ ਘੰਟਾ ਪਿਆ ਉਸ ਤੋਂ ਪਹਿਲਾਂ ਆਪਾਂ ਆਪਣੇ ਘਰ ਦੇ ਕੰਮ ਕਾਰ ਨਿਬੇੜ ਲਈਏ ਅਤੇ ਨਾਲੇ ਥੋੜ੍ਹੀ ਰੈਸਟ ਕਰ ਲਈਏ ਕਿਉਂਕਿ ਸਵੇਰ ਦੇ ਡਿਊਟੀ ਗਏ ਮੈਂ ਥੋੜ੍ਹੀ ਨੱਠ ਭੱਜ ਜਾਣਾ ਅਤੇ ਉਸ ਤੋਂ ਬਾਅਦ ਮਿਲਦੇ ਹਾਂ ਜੀ ਅੱਜ ਅੱਗੇ ਆਪਾਂ ਸ਼ਾਮ ਨੂੰ ਰੈਡੀ ਹੋ ਕੇ ਮਿਲਦੇ ਹਾਂ